ਸਿੱਖਿਆ ਵਿਭਾਗ ਵੱਲੋਂ ਵਰਤੀ ਗਈ ਲਾਪਰਵਾਹੀ ਦੇ ਕਾਰਨ ਹੁਣ ਸਕੂਲ ਮੁਖੀਆਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਦਰਅਸਲ ਸੈਸ਼ਨ 2023-24 ਲਈ ਸਿੱਖਿਆ ਵਿਭਾਗ ਵੱਲੋਂ ਮਿਡਲ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਸਕੂਲ ਦੇ ਵਿਕਾਸ ਕੰਮਾਂ ਲਈ ਦਸੰਬਰ ਅਤੇ ਜਨਵਰੀ ਮਹੀਨੇ ਦੌਰਾਨ ਵੱਖ ਵੱਖ ਮਦਾਂ ਅਧੀਨ ਗ੍ਰਾਂਟਾਂ ਜਾਰੀ ਕੀਤੀਆਂ ਗਈਆਂ ਸਨ, ਜਿਨ੍ਹਾਂ ਨੂੰ 31 ਮਾਰਚ 2024 ਤੱਕ ਖਰਚ ਕੀਤਾ ਜਾਣਾ ਸੀ, ਪਰ ਵਿਭਾਗ ਨੇ ਫਰਵਰੀ ਮਹੀਨੇ ਵਿੱਚ ਹੀ ਆਨਲਾਈਨ ਗ੍ਰਾਂਟਾਂ ਖਰਚ ਕਰਨ ਤੋਂ ਰੋਕ ਦਿੱਤਾ, ਜਿਸ ਦਾ ਕਾਰਨ ਟੈਕਨੀਕਲ ਖਰਾਬੀ ਦੱਸਿਆ ਗਿਆ। ਹਾਲਾਂਕਿ ਵਿਭਾਗ ਨੇ ਹਦਾਇਤਾਂ ਜਾਰੀ ਰੱਖੀਆਂ ਕਿ ਜਿਸ ਜਿਸ ਕੰਮ ਲਈ ਗ੍ਰਾਂਟ ਜਾਰੀ ਹੋਈ ਹੈ, ਸਕੂਲ ਮੁਖੀ ਉਹ ਪ੍ਰੋਜੈਕਟ ਪੂਰੇ ਕਰਵਾਉਣ। ਬਜਟ ਹਰ ਹਾਲਤ ਵਿੱਚ 31 ਮਾਰਚ ਤੋਂ ਪਹਿਲਾਂ ਜਾਰੀ ਹੋ ਜਾਵੇਗਾ, ਪਰ 6 ਮਹੀਨੇ ਲੱਗ ਜਾਣ ਤੋਂ ਬਾਅਦ ਜਦੋਂ ਇਸ ਮਾਮਲੇ ਨੂੰ ਰੋਜ਼ਾਨਾ ਅਜੀਤ ਨੇ ਸਿੱਖਿਆ ਵਿਭਾਗ ਦੇ 90 ਸਕੂਲਾਂ ਦੇ ਕਰੋੜਾਂ ਰੁਪਏ ਸਿਰਲੇਖ ਹੇਠ ਛਾਪਿਆ, ਤਾਂ DGSI ਦਫ਼ਤਰ ਵੱਲੋਂ ਵੋਕੇਸ਼ਨਲ ਸਕੀਮ ਅਧੀਨ ਰੁਕੀਆਂ ਗ੍ਰਾਂਟਾਂ ਲਈ ਪੱਤਰ ਜਾਰੀ ਕੀਤਾ ਗਿਆ। ਇਸ ਦੇ ਨਾਲ ਹੀ 4 ਦੀਵਾਰੀਆਂ ਦੀ ਰੁਕੀ 15% ਗ੍ਰਾਂਟ ਜਾਰੀ ਕਰਨ ਦਾ ਪੱਤਰ ਵੀ ਜਾਰੀ ਕੀਤਾ, ਪਰ ਜ਼ਿਲ੍ਹਾ ਪੱਧਰ ਤੇ ਬਜਟ ਦੀ ਵਿਵਸਥਾ ਨਹੀਂ ਹੋ ਸਕੀ, ਜਿਸ ਕਾਰਨ ਸਕੂਲ ਮੁਖੀ ਅੱਜ ਵੀ ਲੱਖਾਂ ਦੇ ਕਰਜ਼ਦਾਰ ਚੱਲੇ ਆ ਰਹੇ ਹਨ। ਸਕੂਲ ਮੁਖੀਆਂ ਨੇ ਦੂਜੇ ਪਾਸੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਕਿ ਜੇ ਅੱਗੇ ਤੋਂ ਜਾਰੀ ਕੀਤੀ ਰਾਸ਼ੀ ਬਿਨਾਂ ਕਿਸੇ ਕਾਰਨ ਵਾਪਸ ਲਈ ਗਈ ਜਾਂ ਫਿਰ 20%, 65% ਅਤੇ 15% ਵਾਲੀ ਖੇਡ ਬੰਦ ਨਾ ਕੀਤੀ ਗਈ ਤਾਂ ਉਹ ਆਪਣੇ ਪੱਲਿਓਂ ਧੇਲਾ ਨਹੀਂ ਖਰਚਣਗੇ, ਕਿਉਂਕਿ ਵਾਰ ਵਾਰ ਪੈਸੇ ਦੇਣ ਨਾਲ ਜੇ ਕੰਮ ਹੁੰਦਾ ਤਾਂ ਲਾਗਤ ਵੱਧ ਜਾਂਦੀ ਹੈ ਅਤੇ ਕੰਮ ਦੀ ਕੁਆਲਿਟੀ ਵਿੱਚ ਵੀ ਨਿਘਾਰ ਆਉਂਦਾ ਹੈ। ਇਸ ਕਰਕੇ ਰੁਕੀਆਂ ਗ੍ਰਾਂਟਾਂ ਵੀ ਅਤੇ ਨਵੇਂ ਪ੍ਰੋਜੈਕਟਾਂ ਲਈ ਗ੍ਰਾਂਟਾਂ 100% ਇੱਕੋ ਵਾਰ ਦੇਣਾ ਯਕੀਨੀ ਬਣਾਇਆ ਜਾਵੇ।